ਦੁਨੀਆਂ ਨੂੰ ਸ਼ਾਂਤੀ ਦੇਣ ਵਾਲਾ ਰਾਜ, ਦੁਨੀਆਂ ਨੂੰ ਸਾਰੇ ਸੁੱਖ ਦੇਣ ਵਾਲਾ ਰਾਜ, ਦੁਨੀਆਂ ਦੇ ਹਰ ਧਰਮ ਨੂੰ ਪ੍ਰਫੁੱਲਤ ਕਰਨ ਵਾਲਾ ਰਾਜ, ਔਰ ਦੁਨੀਆਂ ਵਿੱਚ ਧਰਮ ਦਾ ਡੰਕਾ ਵਜਾਉਣ ਵਾਲਾ ਰਾਜ, ਆਪਣੇ ਗੁਰਧਾਮਾਂ ਦੀ ਇਕੱਲੀ ਸੇਵਾ ਨਹੀਂ, ਕਾਂਸੀ ਵਿਸ਼ਵਨਾਥ ਮੰਦਰ ਜੋ ਕਾਂਸੀ ਵਿੱਚ ਹਿੰਦੂ ਧਰਮ ਦਾ ਸਭ ਤੋਂ ਵੱਡਾ ਤੀਰਥ ਮੰਨਿਆ ਜਾਂਦਾ, ਉਸ ਮੰਦਰ ਉੱਤੇ ਵੀ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੋਨਾ ਲਵਾਇਆ, ਮਸਜਿਦਾਂ ਉੱਤੇ ਸੋਨੇ ਲਵਾਏ। ਮੁਸਲਮਾਨ ਫਕੀਰ ਸਾਧ ਸੰਗਤ ਜੀ ਕੁਰਾਨ ਲਿਖ ਰਿਹਾ ਹੈ, ਕੁਰਾਨ ਲਿਖਣ ਤੋਂ ਬਾਅਦ ਜਦੋਂ ਲਿਖ ਦਿੱਤੀ ਤਾਂ ਇੱਕ ਦਿਨ ਆਪਣੇ ਘਰ ਵਿੱਚ ਬੈਠਾ ਗੱਲਾਂ ਕਰਦਾ ਕਿ ਜੇ ਅੱਜ ਇਸ ਮੁਲਕ ਦੇ ਵਿੱਚ ਕੋਈ ਮੁਸਲਮਾਨ ਹਾਕਮ ਹੁੰਦਾ ਨਾ, ਕੋਈ ਰਾਜਾ ਹੁੰਦਾ, ਤਾਂ ਮੇਰੀ ਕੁਰਾਨ ਦੀ ਕਦਰ ਪੈਂਦੀ, ਮੇਰੀ ਲਿਖੀ ਸੇਵਾ ਨੂੰ ਦੇਖ ਕੇ ਮੈਨੂੰ ਇਸਲਾਮਿਕ ਮੌਕੇ ਦੇ ਰਾਜੇ ਨੇ, ਨਵਾਬ ਨੇ ਇੰਨਾ ਕੁ ਸਨਮਾਨ ਕਰਨਾ ਸੀ, ਮੇਰੀ ਪੀੜ੍ਹੀਆਂ ਦੀ ਗਰੀਬੀ ਕੱਢ ਦੇਣੀ ਸੀ। ਮੇਰੀ ਇਸ ਕੁਰਾਨ ਦੇ ਤਰਜਮੇ ਕਰਾ ਕਰਾ ਕੇ ਉਹ ਸਾਰੀਆਂ ਮਸੀਤਾਂ ਔਰ ਮਦਰਸਿਆਂ ਵਿੱਚ ਭੇਜਦਾ ਜੇਕਰ ਮੁਸਲਮਾਨ ਹਾਕਮ ਹੁੰਦਾ। ਮਹਾਰਾਜਾ ਰਣਜੀਤ ਸਿੰਘ ਜੀ ਦੇ ਕੰਨਾਂ ਵਿੱਚ ਆਵਾਜ਼ ਪਈ, ਦੂਜੇ ਦਿਨ ਉਸ ਕੁਰਾਨ ਲਿਖਣ ਵਾਲੇ ਫਕੀਰ ਨੂੰ ਬੁਲਾਇਆ, ਇੰਨਾ ਕੁ ਧਨ ਦਿੱਤਾ, ਇੰਨੀਆਂ ਕੁ ਸੋਨੇ ਦੀਆਂ ਮੋਹਰਾਂ ਦਿੱਤੀਆਂ ਕਿ ਉਹਦੀਆਂ ਸੱਤ ਪੀੜ੍ਹੀਆਂ ਦੀ ਗਰੀਬੀ ਘਰ ਵਿੱਚੋਂ ਕੱਢ ਦਿੱਤੀ। ਮਹਾਰਾਜਾ ਰਣਜੀਤ ਸਿੰਘ ਕਹਿੰਦੇ, ਹੋਰ ਦੱਸ। ਕਹਿੰਦਾ ਜੀ, ਬਹੁਤ ਲਖਾਰੀ ਲਾ ਕੇ ਮੇਰੀ ਕੁਰਾਨ ਦੇ ਤਰਜਮੇ ਕਰਾ ਕੇ ਮਸੀਤਾਂ ਵਿੱਚ ਭੇਜ ਦਿਓ, ਤੁਹਾਡਾ ਉਪਕਾਰ ਹੋਏਗਾ। ਮਹਾਰਾਜਾ ਸਾਹਿਬ ਨੇ ਬਹੁਤ ਲਖਾਰੀ ਲਾ ਕੇ ਕੁਰਾਨ ਦੇ ਲਿਖਤੀ ਉਤਾਰੇ ਕਰਵਾ ਕੇ ਵੱਖ ਵੱਖ ਮਸੀਤਾਂ ਵਿੱਚ ਭਜਵਾਏ। ਉਸ ਵਕਤ ਫਿਰ ਉਸ ਫਕੀਰ ਨੇ ਭਰੇ ਦਰਬਾਰ ਵਿੱਚ ਇੱਕ ਗੱਲ ਆਖੀ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ, ਜੇ ਮੁਸਲਮਾਨ ਹਾਕਮ ਹੁੰਦਾ ਨਾ, ਸ਼ਾਇਦ ਕਹਿੰਦੇ ਮੇਰੀ ਕੁਰਾਨ ਲਿਖੀ ਦਾ ਇੰਨਾ ਮੁੱਲ ਨਾ ਪੈਂਦਾ, ਮੇਰੀ ਕੁਰਾਨ ਘਰ ਘਰ ਵਿੱਚ ਨਾ ਪਹੁੰਚਦੀ, ਪਰ ਧੰਨ ਸਿੱਖਾ ਤੇਰਾ ਰਾਜ, ਧੰਨ ਹੈ ਤੇਰੇ ਧਰਮੀ ਰਾਜ ਦੇ ਕਾਇਦੇ ਕਾਨੂੰਨ, ਧੰਨ ਹੈ ਤੇਰੀ ਏਕਤਾ ਵਾਲੀ ਦ੍ਰਿਸ਼ਟੀ, ਤੋਂ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਵੇਖਦਾ ਕਿ ਅੱਜ ਮੇਰੀ ਕੁਰਾਨ ਦਾ ਮੁੱਲ ਜਿੰਨਾ ਚਿਰ ਦੁਨੀਆਂ ਰਹੇਗੀ ਓਨਾ ਚਿਰ ਪੈਂਦਾ ਰਹੇਗਾ, ਦੁਨੀਆਂ ਨੂੰ ਪਤਾ ਲੱਗੇਗਾ ਕਿ ਕਿਸਨੇ ਕੁਰਾਨ ਲਿਖੀ ਸੀ, ਕਿਹਨੇ ਉਤਾਰੇ ਕਰਵਾ ਕੇ ਭੇਜੇ। ਇਹ ਇੱਕ ਉਦਾਹਰਣ ਹੈ ਸਿੱਖਾਂ ਦੇ ਰਾਜ ਦੀ ਸਾਧ ਸੰਗਤ ਜੀ।